ਸੂਬੇ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਪਿੰਡ ਬਾਰੀਕੇ ਤੋਂ, ਜਿੱਥੇ ਇੱਕ ਦੁਕਾਨ ਤੇ ਕਬਜ਼ਾ ਕਰਨ ਨੂੰ ਲੈ ਕੇ ਦੁਕਾਨ ਮਾਲਕ ਤੇ ਜਾਨਲੇਵਾ ਹਮਲਾ ਕੀਤਾ ਗਿਆ। ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ। ਘਟਨਾ ਨੂੰ ਲੈ ਕੇ ਪੀੜਤਾ ਨੇ ਦੱਸਿਆ ਕਿ ਬੀਤੇ ਦਿਨੀ ਕੁਝ ਲੋਕਾਂ ਨੇ ਉਹਨਾਂ ਦੀ ਦੁਕਾਨ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਤੇਜ਼ਧਾਰ ਹਥਿਆਰਾਂ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ। ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੈ, ਜਿਹੜੀ ਕਿ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਪੀੜਤਾ ਨੇ ਜੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਦੀ ਨਜ਼ਰ ਆਈ, ਜਿਸ ਨੂੰ ਲੈ ਕੇ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਿਆ ਹੈ। ਪੀੜਤ ਧਿਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕੀਤੀ ਹੈ। ਜਦੋਂ ਇਸ ਸਾਰੇ ਮਾਮਲੇ ਸੰਬੰਧੀ ਚੌਂਕੀ ਇੰਚਾਰਜ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਚੌਂਕੀ ਇੰਚਾਰਜ ਕੈਮਰੇ ਤੋਂ ਦੂਰੀ ਬਣਾਉਂਦੇ ਨਜ਼ਰ ਆਏ। ਇਹ ਦੁਕਾਨ ਚਾਚਾ ਜੀ ਦਸ਼ਾ ਜੀ ਦੇ ਨਾਂ ਤੇ ਹੈ ਤੇ ਇਹਨਾਂ ਮਤਲਬ ਇਹ ਇਹਨਾਂ ਨੇ ਇਹਨਾਂ ਦੇ ਇੱਕ ਮੁੰਡਾ ਇਹਨਾਂ ਦਾ ਪਾਂਜਾ ਤੇ ਮੇਰੇ ਚਾਚਾ ਜੀ ਜਿਨ੍ਹਾਂ ਦੇ ਮ੍ਰਿਤ ਜਿਹੜੇ ਮਰ ਚੁੱਕੇ ਨੇ ਉਹ ਸਾਰੇ ਦੁਕਾਨ ਸੰਭਾਲ ਰਹੇ ਸੀਗੇ ਤੇ ਮੇਰੀ ਚਾਚੀ ਜੀ ਨੇ ਉਹਦੇ ਤੇ ਜ਼ਬਰਦਸਤੀ ਕਬਜ਼ਾ ਕਰਨ ਲਈ ਮਨੋਜ ਕੁਮਾਰ ਚਿੱਕੀ ਤੇ ਮਾਨਕ ਭੰਡਾਰੀ ਤੇ ਤਿੰਨ ਚਾਰ ਅਣਪਛਾਤੇ ਬੰਦੇ ਵੀ ਸੀਗੇ ਤੇ ਚਾਚੀ ਜੀ ਦੇ ਜਿਹੜੇ ਪੇਕਿਆਂ ਦੇ ਹੈਗੇ ਨੇ ਫੈਮਿਲੀ ਮੈਂਬਰ ਉਹ ਵੀ ਆ ਕੇ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਤਾਲੇ ਤੋੜੇ ਨੇ ਉੱਥੇ ਜਾ ਕੇ ਤੇ ਮੇਰਾ ਕਜ਼ਨ ਜਿਹੜਾ ਹਸਪੀਟਲ 'ਚ ਐਡਮਿਟ ਹੈ ਉਹਨੂੰ ਕੁੱਟਿਆ ਅਤੇ ਹੁਣ ਧਮਕੀਆਂ ਦੇ ਰਹੇ ਨੇ ਕਿ ਅੱਗੇ ਜੇ ਤੁਸੀਂ ਹੋਰ ਕੀਤਾ ਤਾਂ ਤੁਹਾਨੂੰ ਜਾਨੋਂ ਮਾਰ ਸਕਦੇ ਹਾਂ। ਇਹ ਵਾਰਦਾਤ 14 ਅਕਤੂਬਰ ਨੂੰ ਹੋਈ ਸੀਗੀ ਜਦੋਂ ਦੁਕਾਨ ਖੁੱਲ੍ਹੀ ਹੋਈ ਸੀਗੀ। ਇਹਨਾਂ ਨੇ ਕੁਛ ਮਤਲਬ ਗੁੰਡਿਆਂ ਨਾਲ ਮਿਲ ਕੇ ਦੁਕਾਨ 'ਤੇ ਕਬਜ਼ਾ ਕਰਨ ਲਈ ਕੋਸ਼ਿਸ਼ ਕੀਤੀ ਸੀਗੀ। ਫਿਰ 16 ਤਰੀਕ ਨੂੰ ਇਹ ਵਾਰਦਾਤ ਦੁਬਾਰਾ ਸ਼ਾਮ ਨੂੰ 6 ਵਜੇ ਹੋਈ, ਜਿਹਦੇ 'ਚ ਕੁਲਵੰਤ ਸਿੰਘ ਅਤੇ ਉਹਨਾਂ ਦੇ ਚੌਕੀ ਦੇ ਜਿਹੜੇ ਬੰਦੇ ਮਿਲੇ ਹੋਏ ਸੀਗੇ ਉਹਨਾਂ ਨੇ ਸਾਜਿਸ਼ ਰਚੀ ਸੀ ਸਾਡੇ ਖਿਲਾਫ਼ ਕਿ ਇਹਨਾਂ ਦੇ ਤਾਲੇ ਟੁੱਟਣ ਦੀ ਜਦੋਂ ਖਬਰ ਆਏਗੀ ਇਹ ਆਉਣਗੇ ਉਹਨਾਂ ਨੂੰ ਕੁੱਟਾਂਗੇ ਅਤੇ ਜ਼ਬਰਦਸਤੀ ਤਾਲੇ ਤੋੜ ਕੇ ਕਬਜ਼ਾ ਮਨੋਜੇ ਅਤੇ ਆਰਤੀ ਨੂੰ ਦਿਲਾਇਆ ਜਾਏਗਾ ਜਿਹੜੇ ਕਿ ਮੁੱਖ ਦੋਸ਼ੀ ਪਰਸਨ ਨੇ। ਮੇਰੀ ਇੱਕ ਸੋਭ ਹੈ ਬਾਰੇ ਕੇ ਜਿਸ ਮੇਰਾ ਭਾਈ ਮੇਰਾ ਬੇਟਾ ਮੇਰਾ ਭਾਂਜਾ ਇਹ ਰਲ ਕੇ ਕੰਮ ਕਰਤੇ ਥੇ। ਕੁਛ ਦਿਨ ਬਾਅਦ ਮੇਰੇ ਭਾਈ ਕੀ ਡੈਥ ਹੋ ਗਈ ਹੈ ਅਤੇ ਉਸਕੇ ਬਾਅਦ ਹੀ ਉਸਕੀ ਪਤਨੀ ਨੇ ਦੁਕਾਨ ਕੀ ਚਾਬੀ ਮੰਗਣੀ ਸ਼ੁਰੂ ਕੀ ਹੈ। ਮੈਨੇ ਕਿਹਾ ਵੀ ਚਾਬੀ ਤਾਂ ਮੈਂ ਕਹੂੰਗੀ ਕੈਸੇ ਦੂੰ, ਦੁਕਾਨ ਮੇਰੀ ਹੈ ਮੇਰੇ ਨਾਮ ਹੈ ਸਭ ਕੁਛ ਮੇਰੇ ਨਾਮ ਹੈ। ਉਹ ਫਿਰ ਵੀ ਨਹੀਂ ਮਾਨੀ, ਹਮ ਆ ਗਏ ਘਰ ਕੋ ਆਪਣੇ। ਉਹ ਦੂਸਰੇ ਦਿਨ ਆਪਣੇ ਗੁੰਡੇ ਲੈ ਕੇ ਵਹਾਂ ਪੇ ਪਹੁੰਚ ਗਈ, ਪਰਿਵਾਰ ਕੇ ਸਾਥ ਮਨੋਜ ਥਾ, ਚਿੱਕੀ ਥਾ, ਇੱਕ ਵੋ ਆਪਣਾ ਮਾਨਕ ਭੰਡਾਰੀ ਥਾ, ਕੁਛ ਹੋਰ 4-5 ਲੜਕੇ ਥੇ, ਉਨਕੋ ਲੈ ਕੇ ਪੁੱਛ ਕੇ ਧੱਕਾ ਮੁੱਕੀ ਕਰੀ। ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।